ਦਾ ਭਾਈਚਾਰਾ ਜਿੰਦਾਬਾਦ। ਕਿਸਾਨਾਂ ਮਜ਼ਦੂਰਾਂ ਦਾ ਇੱਕ ਤੁਹਾਡੇ ਕਾਜਾ ਦੂਰੇ, ਸ਼ਹੀਦੋ ਤੁਹਾਡੇ ਕਾਜਾ ਦੂਰੇ। ਯੂਪੀ ਦੇ ਸ਼ਹੀਦਾਂ ਨੂੰ ਲਾਮ ਸਲਾਮ। ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਮਨੀਸ਼ ਤੋਂ, ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜੋ ਕਿਸਾਨ ਲਖੀਮਪੁਰ ਧਰਨੇ ਵਿੱਚ ਮਾਰੇ ਗਏ ਸਨ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ। ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਨੀਸ਼ ਤੋਂ। ਆਓ ਤੁਹਾਨੂੰ ਦਿਖਾਉਂਦੇ ਹਾਂ ਦਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਤੇਰੀ ਸੋਚ ਤੇ ਸ਼ਹੀਦੋ ਤੁਹਾਡੀ ਸੋਚ ਤੇ ਯੂਪੀ ਦੇ ਸ਼ਹੀਦਾਂ ਨੂੰ ਲਾਮ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਫੌਜੀ ਪਿੰਡ ਮਨੇਸ਼ ਬਲਾਕ ਸ੍ਰੀ ਹਰਗੋਬਿੰਦਪੁਰ ਤੋਂ। ਅੱਜ ਜੋ ਯੂਪੀ ਵੀਰੇ ਵਿਖੇ ਲਖੀਮਪੁਰ ਖੀਰੀ ਵਿਖੇ ਜੋ ਸਾਡੇ ਕਿਸਾਨ ਅਤੇ ਮਜ਼ਦੂਰ ਵਪਾਰੀ ਦੁਕਾਨਦਾਰ ਵਰਗ ਸ਼ਾਂਤਮਈ ਆਪਣਾ ਅੰਦੋਲਨ ਕਰ ਰਹੇ ਸਨ, ਉਹਨਾਂ ਉੱਤੇ ਮੰਤਰੀ ਦੇ ਮੁੰਡੇ ਵੱਲੋਂ ਗੱਡੀਆਂ ਚੜ੍ਹਾ ਕੇ ਉਹਨਾਂ ਨੂੰ ਅੰਨ੍ਹੇਵਾਹ ਕੁਚਲ ਦਿੱਤਾ ਗਿਆ। ਉਹਨਾਂ ਨੂੰ ਕੁਚਲ ਕੇ ਕੁਝ ਕਿਸਾਨਾਂ ਨੂੰ ਫੱਟਰ ਕਰ ਦਿੱਤਾ ਗਿਆ। ਉੱਥੇ ਸਾਡੇ ਚਾਰ ਜਿਹੜੇ ਕਿਸਾਨ ਸਵੀਰ ਸੀਗੇ ਉਹ ਸ਼ਾਂਤਮਈ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਉਪਲਕਸ਼ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅੱਜ ਪਿੰਡ ਮਨੇਸ਼ ਬਾਬੇ ਸ਼ਹੀਦ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ, ਉਪਰੰਤ ਅਰਦਾਸ ਸਮਾਗਮ ਕਰਵਾਇਆ ਜਾਏਗਾ, ਉਪਰੰਤ ਲੰਗਰ ਪਾਣੀ ਜਿਹੜਾ ਗੁਰੂ ਜੀ ਦਾ ਅਟੁੱਟ ਵਰਤੇਗਾ। ਇਸ ਕਰਕੇ ਆਪਾਂ ਇਹ ਜਿਹੜੇ ਲਖੀਮਪੁਰ ਖੀਰੀ ਸਾਂ, ਇਹ ਜਿਹੜੇ ਲਖੀਮਪੁਰ ਖੀਰੀ ਸ਼ਹੀਦ ਹੋਏ ਆ ਉਹਨਾਂ ਦੀ ਆਤਮਕ ਅਰਦਾਸ ਵਾਸਤੇ ਆਪਾਂ ਇਹ ਸਾਰੇ ਜੁੜ ਕੇ ਆਪਾਂ ਇੱਕ ਅਰਦਾਸ ਕਰਨੀ ਹੈ ਕਿ ਜਿਹੜੇ ਸਾਡੇ ਸ਼ਹੀਦ ਕਿਸਾਨ ਸ਼ਹੀਦ ਹੋਏ ਹਨ, ਮਜ਼ਦੂਰ ਸ਼ਹੀਦ ਹੋਏ ਹਨ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ। ਅਤੇ ਜਿਨ੍ਹਾਂ ਨੇ ਇੰਨੀ ਘਿਨਾਉਣੀ ਹਰਕਤ ਕੀਤੀ ਆ, ਉਹ ਮੰਤਰੀ ਔਰ ਮੰਤਰੀ ਦਾ ਮੁੰਡਾ ਜਿਨ੍ਹਾਂ ਨੇ ਨਿਰਦੋਸ਼ੇ ਕਿਸਾਨਾਂ ਨੂੰ ਕੁਚਲ ਕੇ ਮਾਰ ਦਿੱਤਾ, ਸ਼ਹੀਦ ਕਰ ਦਿੱਤਾ, ਉਹਨਾਂ ਨੂੰ ਪਰਮਾਤਮਾ ਕਰੇ ਕਿ ਇੰਨੀ ਕੜੀ ਤੋਂ ਕੜੀ ਸਜ਼ਾ ਹੋਵੇ ਕਿ ਉਹਨਾਂ ਦੇ ਪਰਿਵਾਰ ਦੀਆਂ ਜੜ੍ਹਾਂ ਪੁੱਟ ਕੇ ਸਤਿਗੁਰ ਪਰਮਾਤਮਾ ਰੱਖ ਦੇਣ, ਜਿਨ੍ਹਾਂ ਨੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦੇ ਉੱਤੇ, ਨਿਹੱਥੇ ਕਿਸਾਨਾਂ ਦੇ ਉੱਤੇ ਇੰਨਾ ਕਹਿਰ ਵਰਸਾਇਆ, ਉਹਨਾਂ ਦੀਆਂ ਪਰਿਵਾਰਾਂ ਤੱਕ ਦੀਆਂ ਜੜ੍ਹਾਂ ਜਿਹੜੀਆਂ ਪਰਮਾਤਮਾ ਪੁੱਟ ਕੇ ਰੱਖ ਦੇਵੇ, ਜਿਨ੍ਹਾਂ ਨੇ ਇੰਨੀ ਘਿਨਾਉਣੀ ਹਰਕਤ ਕੀਤੀ ਆ। ਅਸੀਂ ਸਾਰੇ ਮਿਲ ਜੁਲ ਕੇ ਆਪਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡੇ ਸ਼ਹੀਦਾਂ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਅਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਰੜੀ ਅਤੇ ਕਰੜੀ ਜਿਹੜੀ ਸਜ਼ਾ ਜਿਹੜੀ ਆ ਪਰਮਾਤਮਾ ਵੱਲੋਂ ਉਹਨਾਂ ਨੂੰ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।